ਮੰਦੀ ਦੀ ਮਾਰ ਚੱਲ ਰਹੇ ਆਟੋ ਸੈਕਟਰ ਲਈ ਧਨਤੇਰਸ ਦਾ ਦਿਨ ਬੇਹੱਦ ਚੰਗਾ ਰਿਹਾ, ਜਾਂ ਇੰਜ ਕਹਿ ਲਿਓ ਕਿ ਆਟੋ ਸੈਕਟਰ ਦੀ ਧਨਤੇਰਸ ਵਾਲੇ ਦਿਨ ਦੀਵਾਲੀ ਹੀ ਹੋ ਗਈ। ਦਰਅਸਲ ਧਨਤੇਰਸ ਵਾਲੇ ਦਿਨ ਲੋਕਾਂ ਨੇ ਮੂੰਗਫਲੀ ਵਾਂਗ ਕਾਰਾਂ ਖਰੀਦੀਆਂ। ਇਸ ਦਾ ਅੰਦਾਜ਼ਾ ਮਰਸਡੀਜ਼ ਬੈਂਜ਼ ਦੀ ਡਿਲੀਵਰੀ ਤੋਂ ਹੀ ਲਗਾਇਆ ਜਾ ਸਕਦਾ, ਜਿਸ ਨੇ ਸਿਰਫ ਦਿੱਲੀ NCR ਵਿੱਚ ਇੱਕ ਦਿਨ ਵਿੱਚ 250 ਕਾਰਾਂ ਦੀ ਡਿਲੀਵਰੀ ਕੀਤੀ। ਹਿੰਦੂ ਮਾਨਤਾਵਾਂ ਦੇ ਅਨੁਸਾਰ ਧਨਤੇਰਸ ਦੇ ਦਿਨ ਨੂੰ ਸ਼ੁਭ ਮੰਨਿਆ ਜਾਂਦਾ, ਇਸ ਲਈ ਲੋਕ ਕੁਝ ਨਵਾਂ ਖਰੀਦਦੇ ਨੇ। ਇਸ ਵਾਰ ਲੋਕਾਂ ਦਾ ਰੁਝਾਨ ਸੋਨੇ ਚਾਂਦੀ ਵੱਲ ਨਾ ਹੋ ਕੇ ਕਾਰਾਂ ਵੱਲ ਜ਼ਿਆਦਾ ਰਿਹਾ। ਆਓ ਹੁਣ ਜਾਣਦੇ ਹਾਂ ਕਿ ਹੋਰ ਕਾਰ ਕੰਪਨੀਆਂ ਲਈ ਕਿਵੇਂ ਰਿਹਾ ਧਨਤੇਰਸ ਦਾ ਦਿਨ। ਮਰਸਡੀਜ਼ ਬੈਂਜ਼ ਤੋਂ ਇਲਾਵਾ ਹਿਉਂਡਈ, ਕੀਆ ਮੋਟਰਸ ਦੇ ਲਈ ਵੀ ਧਨਤੇਰਸ ਦਾ ਦਿਨ ਕਾਫੀ ਚੰਗਾ ਰਿਹਾ। ਉਹਨਾਂ ਨੇ ਇਸ ਦਿਨ 15,000 ਤੋਂ ਵੀ ਜ਼ਿਆਦਾ ਕਾਰਾਂ ਦੀ ਡਿਲੀਵਰੀ ਕੀਤੀ। ਦੇਸ਼ ਦੀ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਹਿਉਂਡਈ ਮੋਟਰ ਇੰਡੀਆ ਦਾ ਕਹਿਣਾ ਹੈ ਕਿ ਉਸ ਨੇ ਧਨਤੇਰਸ ਵਾਲੇ ਦਿਨ 12,500 ਕਾਰਾਂ ਦੀ ਡਿਲੀਵਰੀ ਕੀਤੀ। ਉਸ ਦੇ ਸਮੂਹ ਦੀ ਕੰਪਨੀ ਕੀਆ ਮੋਟਰਸ ਨੇ ਆਪਣੀ ਨਵੀਂ SUV ਸੈਲਟੋਸ ਦੀ 2184 ਕਾਰਾਂ ਵੇਚੀਆਂ। ਇਸੇ ਤਰ੍ਹਾਂ MG ਮੋਟਰ ਇੰਡੀਆ ਨੇ ਦੇਸ਼ ਭਰ ਵਿੱਚ ਧਨਤੇਰਸ ਵਾਲੇ ਦਿਨ 700 ਕਾਰਾਂ ਦੀ ਵਿਕਰੀ ਕੀਤੀ। ਇਹਨਾਂ ਵਿੱਚੋਂ 200 ਕਾਰਾਂ ਦੀ ਵਿਕਰੀ ਦਿੱਲੀ NCR ਵਿੱਚ ਸਿਰਫ ਇੱਕੋ ਸ਼ੋਰੂਮ ਤੋਂ ਕੀਤੀ ਗਈ। ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਦੇ ਵੀ ਧਨਤੇਰਸ ਦਾ ਦਿਨ ਵਿਕਰੀ ਲਈ ਚੰਗਾ ਰਿਹਾ। ਮੰਦੀ ਦੀ ਮਾਰ ਝੱਲ ਰਹੇ ਆਟੋ ਸੈਕਟਰ ਨੂੰ ਫਿਲਹਾਲ ਇਸ ਵਿਕਰੀ ਨਾਲ ਕੁਝ ਰਾਹਤ ਜ਼ਰੂਰ ਮਿਲੀ ਹੈ। ਹਿਉਂਡਈ ਦੇ ਸੇਲਸ ਮਾਰਕੀਟਿੰਗ ਹੈੱਡ ਦਾ ਕਹਿਣਾ ਹੈ ਕਿ ਹੁਣ ਤੱਕ ਅਸੀਂ ਰੋਜ਼ਾਨਾ 2,000 ਗੱਡੀਆਂ ਡਿਲੀਵਰ ਕਰ ਰਹੇ ਹਾਂ। ਹਿਉਂਡਈ ਦੀ ਵਿਕਰੀ ਪਿਛਲੇ ਧਨਤੇਰਸ ਨਾਲੋਂ 25% ਜ਼ਿਆਦਾ ਰਹੀ ਹੈ। ਜੇਕਰ ਕਾਰਾਂ ਦੀ ਵਿਕਰੀ ਇਵੇਂ ਜਾਰੀ ਰਹੀ ਤਾਂ ਮੰਦੀ ਦਾ ਸਾਹਮਣਾ ਕਰ ਰਹੇ ਆਟੋ ਸੈਕਟਰ ਨੂੰ ਬਹੁਤ ਜਲਦ ਮੰਦੀ ਤੋਂ ਰਾਹਤ ਮਿਲ ਸਕਦੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ TV।